ਅੱਜ ਆਪਾਂ ਆਏ ਹਾਂ ਕਿਚਨ 'ਚ। ਅੱਜ ਆਪਾਂ ਬਣਾਉਣੀ ਆ ਮੋਠਾਂ ਦੀ ਦਾਲ। ਮੋਠ ਘੱਟ ਪਹਿਲਾਂ 1 ਘੰਟਾ ਪਹਿਲਾਂ ਭਿਉਂ ਲੈਣੇ। ਲਸਣ ਕੱਟ ਲੈਣਾ ਬਰੀਕ ਬਰੀਕ, ਹਰੀ ਮਿਰਚ, ਟਮਾਟਰ, ਪਿਆਜ਼, ਅਦਰਕ ਆ ਜਿਹੜਾ ਉਹਦਾ ਪੇਸਟ ਬਣਾ ਲੈਣਾ। ਅਤੇ ਕੁੱਕਰ, ਪ੍ਰੈਸ਼ਰ ਕੁੱਕਰ ਆ ਜਿਹੜਾ, ਉਹਦੇ ਵਿੱਚ ਥੋੜ੍ਹਾ ਜਿਹਾ ਤੇਲ ਪਾ ਲੈਣਾ ਲੋੜ ਅਨੁਸਾਰ। ਆਪਾਂ ਤੇਲ ਪਾ ਲਿਆ, ਹੁਣ ਇਹਨੂੰ ਕੜਨ ਦੇਣਾ। ਜਦ ਇਹ ਕੜ ਜੂਗਾ, ਫਰਾਈ ਹੋ ਜੂਗਾ, ਇਹਦੇ ਵਿੱਚ ਸਭ ਤੋਂ ਪਹਿਲਾਂ ਲਸਣ ਅਤੇ ਜੀਰਾ ਪਾਉਣਾ, ਫਿਰ ਪਿਆਜ਼ ਜਿਹੜਾ ਪੇਸਟ ਹੈ ਇਹ ਪਾ ਲੈਣਾ। ਉਸ ਤੋਂ ਬਾਅਦ ਉਹਨੂੰ ਤੜਕਾ ਲਗਾਉਣਾ ਚੰਗੀ ਤਰ੍ਹਾਂ। ਤੜਕਾ ਲਾਉਣ ਤੋਂ ਬਾਅਦ ਮੈਂ ਤੁਹਾਨੂੰ ਦਿਖਾਵਾਂਗੀ। ਆਹ ਦੇਖੋ, ਲਸਣ ਅਤੇ ਜੀਰਾ ਜਿਹੜਾ ਉਹ ਫਰਾਈ ਕਰ ਲੈਣਾ। ਜਿਹੜਾ ਪੇਸਟ ਬਣਾਇਆ ਸੀ ਉਹਦੇ ਵਿੱਚ ਪਾ ਦੇਣਾ। ਇਹਨੂੰ ਚੰਗੀ ਤਰ੍ਹਾਂ ਫਰਾਈ ਕਰਨਾ, ਜਦ ਬਰਾਊਨ ਹੋ ਜੂਗਾ ਨਮਕ ਪਾ ਦੇਣਾ ਇਹਦੇ ਵਿੱਚ। ਮਿਰਚ ਪਹਿਲਾਂ ਹੀ ਪਾਈ ਹੋਈ ਆ, ਹਲਦੀ ਪਾ ਦੇਣੀ ਨਮਕ, ਅਤੇ ਹਲਦੀ ਪਾਉਣ ਤੋਂ ਬਾਅਦ ਮਸਾਲਾ ਪਾ ਦੇਣਾ। ਉਸ ਤੋਂ ਬਾਅਦ ਇਹਨੂੰ ਲੋਅ ਫਲੇਮ 'ਤੇ ਆ ਜਿਹੜਾ ਉਹ ਪਕਾਉਣਾ। ਦੇਖੋ ਲੋਅ ਫਲੇਮ 'ਤੇ ਪੱਕ ਰਿਹਾ ਹੈ। ਜਦੋਂ ਇਹ ਮਸਾਲਾ ਪੱਕ ਜੂਗਾ ਫਿਰ ਇਹਦੇ ਵਿੱਚ ਮੋਠ ਆ ਜਿਹੜੇ ਆ ਜਿਹੜੇ ਮੋਠ ਪਏ ਆ ਇਹ ਪਾ ਦੇਣੇ, ਅਤੇ ਪਾਣੀ ਇੰਸਰਟ ਕਰ ਦੇਣਾ। ਉਸ ਤੋਂ ਬਾਅਦ ਤੁਹਾਡੀ ਦਾਲ ਆ ਜਿਹੜੀ ਉਹ ਰੈਡੀ ਹੋ ਜੂਗੀ। ਇਸ ਤਰ੍ਹਾਂ ਜਿਹੜੀ ਆ ਮੋਠਾਂ ਦੀ ਦਾਲ ਆ ਜਿਹੜੀ ਉਹ ਰੈਸਪੀ ਆ ਜਿਹੜੀ ਉਹ ਇੱਦਾਂ ਬਣਦੀ ਆ। ਜੇ ਤੁਹਾਡੀ 1 ਕਟੋਰੀ ਆ ਜਿਹੜੀ ਮੋਠਾਂ ਦੀ ਦਾਲ ਆ, ਤਾਂ ਤੁਸੀਂ 3 ਕਟੋਰੀ ਪਾਣੀ ਆ ਜਿਹੜਾ ਉਹਦੇ ਵਿੱਚ ਪਾਉਣਾ, ਮਤਲਬ ਉਹ ਤੋਂ 3 ਗੁਣਾ ਜ਼ਿਆਦਾ ਪਾਣੀ ਪਾਉਣਾ। ਅਤੇ ਇਸ ਤਰ੍ਹਾਂ ਜਿਹੜੀ ਇਹ ਹੁਣ ਇਹਨੂੰ ਸੀਟੀ ਵਜਾਵਾਂਗੇ। ਇਹ 3 ਆਪਣੇ ਜਿਹੜੇ ਮੋਠ ਨੇ ਉਹ ਜਿਹੜੇ ਨੇ ਉਹ ਭਿਉਂਤੇ ਹੋਏ ਸੀਗੇ, ਇਸ ਕਰਕੇ ਉਹ ਹੁਣ ਭਿੱਜੇ ਹੋਏ ਸੀ, ਇਸ ਕਰਕੇ ਇਹਨੂੰ 2-3 ਵਿਸਲਾਂ ਦੀ ਲੋੜ ਪਊਗੀ, ਵੱਧ ਹੱਦ 4 ਵਿਸਲਾਂ ਦੀ। 4 ਵਿਸਲਾਂ ਤੋਂ ਬਾਅਦ ਜਿਹੜੀ ਦਾਲ ਆ ਉਹ ਬਣ ਜਾਣੀ। ਉਸ ਤੋਂ ਬਾਅਦ ਧਨੀਆ ਪਾ ਕੇ ਤਾਂ ਫਲੇਵਰ ਆ ਜਿਹੜਾ ਉਹ ਆ ਜਾਣਾ। ਇਸ ਤਰ੍ਹਾਂ ਮੋਠਾਂ ਦੀ ਦਾਲ ਆ ਜਿਹੜੀ ਉਹ ਰੈਡੀ ਹੋ ਜਾਂਦੀ ਆ। ਬਰੀਕ ਬਰੀਕ ਧਨੀਆ ਜਿਹੜਾ ਉਹ ਕੱਟ ਲਿਆ। ਇਹ ਜਦੋਂ ਵਿਸਲਾਂ ਵੱਜ ਜਾਣਗੀਆਂ ਦਾਲ ਜਿਹੜੀ ਉਹ ਵਿਸਲ ਲਈ ਰੈਡੀ ਆ। 4-5 ਵਿਸਲ ਮਰਾਉਣ ਤੋਂ ਬਾਅਦ ਧਨੀਆ ਜਿਹੜਾ ਉਹ ਵਿੱਚ ਜਦ ਕੱਟ ਲਓ। ਹੁਣ ਆਪਣੀ ਯਮੀ ਯਮੀ ਜਿਹੜੀ ਦਾਲ ਆ ਉਹ ਬਣ ਚੁੱਕੀ ਆ ਅਤੇ ਰੈਡੀ ਹੋ ਗਈ। ਹੁਣ ਪਰੋਸਾਂਗੇ।